ਜਸਟਿਸ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜੰਮੂ ਕਸ਼ਮੀਰ ਦੇ ਵਿੱਚ ਇੱਕ DSP ਦਵਿੰਦਰ ਸਿੰਘ ਗ੍ਰਿਫਤਾਰ ਕੀਤਾ ਜਾਂਦਾ, ਦਹਿਸ਼ਤਗਰਦਾਂ ਦੇ ਨਾਲ ਕਨੈਕਸ਼ਨ ਦਾ ਦਾਅਵਾ ਕੀਤਾ ਗਿਆ। ਇਲਜ਼ਾਮ DSP ਦਵਿੰਦਰ ਸਿੰਘ 'ਤੇ ਇਹ ਲੱਗਦੇ ਪਏ ਹੈਗੇ ਆ, ਅਤੇ ਜਾਂਚ ਹੈ ਜਿਹੜੀ ਉਹ ਹੋਵੇਗੀ। ਉਸ ਜਾਂਚ ਵਿੱਚੋਂ ਕੀ ਕੁਛ ਨਿਕਲ ਕੇ ਆਉਂਦਾ, ਕਿਹੜਾ ਕਨੈਕਸ਼ਨ ਨਿਕਲ ਕੇ ਆਉਂਦਾ, ਇਹ ਸਾਰੇ ਸਵਾਲ ਹੋਣਗੇ। ਪਰ ਇਹਨਾਂ ਦੇ ਵਿਚਾਲੇ ਸਿਆਸਤ ਨੇ ਆਪਦੇ ਸਵਾਲ ਪੁੱਛਣੇ ਸ਼ੁਰੂ ਕਰਤੇ ਆ। ਸਿਆਸਤ ਨੇ ਇਹ ਸਵਾਲ ਧਰਮ ਵਾਲਾ ਛੇੜ ਦਿੱਤਾ, ਅਤੇ ਇਹ ਸਵਾਲ ਛੇੜਨ ਵਾਲੇ ਆ ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਅਧੀਰ ਰੰਜਨ ਚੌਧਰੀ। ਉਹਨਾਂ ਨੇ ਇਹ ਸਵਾਲ ਸ਼ੁਰੂ ਕੀਤਾ ਅਤੇ BJP ਨੇ ਜਵਾਬ ਦਿੱਤਾ ਕਿ ਕਾਂਗਰਸ ਹੈ ਜਿਹੜੀ ਉਹ ਅੱਤਵਾਦ ਦੇ ਵਿੱਚੋਂ ਧਰਮ ਲੱਭਦੀ ਪਈ ਹੈਗੀ ਆ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਪਏ, ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਇਹ ਵੀ ਹੈਗਾ, ਪੁਲਵਾਮਾ ਨਾਲ ਕੀ ਲਿੰਕ ਹੈਗਾ, ਅਤੇ ਸੰਸਦ ਹਮਲੇ ਨਾਲ ਕੀ ਲਿੰਕ ਹੈਗਾ, ਅਫਜ਼ਲ ਗੁਰੂ ਨਾਲ ਕੀ ਲਿੰਕ ਹੈਗਾ, ਕਿ ਮੀਡੀਆ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ ਜਾਂ ਜਿਹੜੀਆਂ ਖਬਰਾਂ ਭੇਜੀਆਂ ਜਾ ਰਹੀਆਂ ਹੈਗੀਆਂ, ਉਹਨਾਂ ਖਬਰਾਂ ਵਿੱਚ ਕੀ ਸੱਚ ਹੈਗਾ। ਜੰਮੂ ਕਸ਼ਮੀਰ ਪੁਲਿਸ ਨੇ ਇਹ ਸਾਫ ਕਰ ਦਿੱਤਾ ਹੈਗਾ ਕਿ ਕੋਈ ਇਹੋ ਜਿਹਾ ਕਲੈਂਟਰੀ ਅਵਾਰਡ ਜਾਂ ਕੋਈ ਹੋਰ ਅਵਾਰਡ ਹੈ ਜਿਹੜਾ ਉਹ ਇਸ ਨੂੰ ਨਹੀਂ ਦਿੱਤਾ ਗਿਆ। ਸਟੇਟ ਵੱਲੋਂ ਜਿਹੜੇ ਦਿੱਤੇ ਗਏ ਹੋਣਗੇ, ਪਰ ਜੰਮੂ ਕਸ਼ਮੀਰ ਪੁਲਿਸ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਗਲੈਂਟਰੀ ਅਵਾਰਡ ਮੈਡਲ ਜਿਹੜਾ ਅਵਾਰਡ ਹੈਗਾ ਜਾਂ ਹੋਰ ਜਿਹੜੇ ਅਵਾਰਡ ਹੈਗੇ ਆ ਉਹ ਇਸ ਮਾਮਲੇ ਵਿੱਚ ਜਾਂ ਮੈਰੀਟੋਰੀਅਸ ਅਵਾਰਡ ਆ ਮੈਡਲ ਹੈ ਕੋਈ ਨਹੀਂ ਦਿੱਤਾ ਗਿਆ। ਇਹ ਸਾਰੇ ਸਵਾਲ ਹੋਣਗੇ ਜ਼ਰੂਰ ਕਿ ਸਨਮਾਨ ਕਿਹੜੇ ਮਿਲੇ ਆ, ਅਤੇ ਇਹਨਾਂ ਸਨਮਾਨਾਂ ਦੇ ਵਿਚਾਲੇ ਸ਼ੈਤਾਨੀ ਦਿਮਾਗ ਕਿਹੜਾ ਸੀ, DSP ਸਿਰਫ ਮੋਹਰਾ ਤਾਂ ਨਹੀਂ। ਬਹੁਤ ਸਾਰੇ ਇਹੋ ਜਿਹੇ ਸਵਾਲ ਹੋਣਗੇ, ਪਰ ਸਵਾਲ ਇਹ ਵੱਡਾ ਪੁੱਛਿਆ ਜਾਵੇਗਾ, DSP 'ਤੇ ਧਰਮ ਵਾਲਾ ਦੰਗਲ ਕਿਉਂ? DSP ਅਤੇ ਦਹਿਸ਼ਤ ਅੱਜ ਬਹਿਸ ਕਿਉਂ ਕਰ ਰਿਹਾ, ਟੂ ਦਾ ਪੁਆਇੰਟ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸਦੀ ਹੈ। ਦਹਿਸ਼ਤਗਰਦ ਨਾਲ DSP ਦਵਿੰਦਰ ਸਿੰਘ ਦੇ ਕਨੈਕਸ਼ਨ 'ਤੇ ਸਿਆਸਤ ਅੱਪ ਚੁੱਕੀ ਹੈ। ਕਾਂਗਰਸ ਨੇ DSP ਮਾਮਲੇ ਵਿੱਚ ਪੁਲਵਾਮਾ ਹਮਲੇ ਦੀ ਜਾਂਚ ਮੰਗ ਲਈ ਹੈ। ਭਾਜਪਾ ਨੇ ਕਾਂਗਰਸ 'ਤੇ ਪਾਕਿਸਤਾਨ ਨੂੰ ਬਚਾਉਣ ਦੇ ਇਲਜ਼ਾਮ ਲਗਾ ਦਿੱਤੇ ਆ। ਪਾਕਿਸਤਾਨ ਫਿਰ ਵਿੱਚ ਆ ਕੇ ਇਸ ਪੂਰੇ ਮਾਮਲੇ, DSP ਦੇ ਬਹਾਨੇ ਅਧੀਰ ਰੰਜਨ ਚੌਧਰੀ ਨੇ ਧਰਮ ਵਾਲੀ ਸਿਆਸਤ ਛੇੜ ਦਿੱਤੀ ਹੈ। ਜੇ ਨਾਮ ਦਵਿੰਦਰ ਸਿੰਘ ਦੀ ਥਾਂ ਦਵਿੰਦਰ ਖਾਨ ਹੁੰਦਾ ਤਾਂ RSS ਕਰਦੀ ਟ੍ਰੋਲ, ਇਹ ਅਧੀਰ ਰੰਜਨ ਚੌਧਰੀ ਨੇ ਕਿਹਾ। ਭਾਜਪਾ ਨੇ ਕਾਂਗਰਸ 'ਤੇ ਪਲਟਵਾਰ ਕੀਤਾ ਕਿ ਅੱਤਵਾਦ ਵਿੱਚ ਧਰਮ ਲੱਭ ਰਹੀ ਹੈ ਕਾਂਗਰਸ। ਜੰਮੂ ਕਸ਼ਮੀਰ ਦੇ ਮੁਅੱਤਲ ਕੀਤੇ ਗਏ DSP ਦੀ ਜਾਂਚ NIE ਨੂੰ ਸੌਂਪੀ ਗਈ ਹੈ। ਸੂਤਰਾਂ ਵੱਲੋਂ ਫਿਲਹਾਲ ਖਬਰ ਹੈ, ਸੰਸਦ ਹਮਲੇ ਦੋਸ਼ੀ ਅਫਸਰ ਗੁਰੂ ਦੀ ਇੱਕ ਚਿੱਠੀ ਵਿੱਚ ਦਵਿੰਦਰ ਸਿੰਘ ਦਾ ਜ਼ਿਕਰ ਸੀਗਾ, ਜਿਹੜਾ ਉਹਨਾਂ ਨੇ ਜਿਹੜੀ ਦਹਿਸ਼ਤਗਰਦ ਅਫਸਰ ਗੁਰੂ ਨੇ ਚਿੱਠੀ ਲਿਖੀ ਸੀ ਆਪਣੇ ਵਕੀਲ ਨੂੰ, ਉਸ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਸੀ। ਸਿਆਸਤ ਕਹਿੰਦੀ ਕੀ ਹੈ ਪਹਿਲਾਂ ਸੁਣ ਲਈਏ। ਦਵਿੰਦਰ ਸਿੰਘ ਕਨੈਕਟਿਡ ਟੂ ਦ 2001 ਐਂਡ ਵਟ ਇਜ਼ ਹਿਸ ਕਨੈਕਸ਼ਨ ਇਫ ਐਟ ਆਲ ਟੂ ਦ 2001 parliament attack? What is Devinder Singh's connection to Pulwama attack, where over 42 jawans lost their lives, where Devinder Singh was deputy SP? The RSS and the BJP, they have been striving hard to disrupt the communal harmony of our nation in each and every issue. We came to learn that yes, if 370 got dislodged, abrogated, peace and prosperity will be prevailing upon. But the reality of the valley tells a different story. Why do you want to give clean chit to Pakistan? Sawal aaj Hindustan pooch raha hai Congress party se. कि आप पाकिस्तान को क्लीन चिट देने की ये जो भरसर प्रयास है, कोई आज का प्रयास नहीं, 26/11 जब हुआ था, 26/11 जब हुआ था तो सोनिया गांधी जी ने भेजा था उस समय दिग्विजय सिंह जी को कि आप जाके कहिए कि 26/11 RSS की साजिश, 26/11 वॉज डन बाय RSS। उस समय भी पाकिस्तान को क्लीन चिट देने का काम 26/11 के मुंबई हमले के समय कांग्रेस पार्टी कर रही थी। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ ਕਿ ਦੇਸ਼ ਦੀ ਸਿਆਸਤ DSP ਦਵਿੰਦਰ ਸਿੰਘ ਦਾ ਕਿਹੜਾ ਕਨੈਕਸ਼ਨ ਲੱਭ ਰਹੀ ਹੈ। ਇਸ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ, ਵਿਕਰਮਜੀਤ ਸਿੰਘ ਹਰਾ ਨੇ ਜੰਮੂ ਕਸ਼ਮੀਰ ਦੇ ਵਿੱਚ ਰਿਪੋਰਟਿੰਗ ਵੀ ਕੀਤੀ ਹੈਗੀ ਹੈ, ਕਰਗਿਲ ਦਾ ਜਿਹੜਾ ਪੂਰਾ ਜੰਗ ਹੋਈ ਸੀ ਉਹਨੂੰ ਵੀ ਇਹਨਾਂ ਨੇ ਕਵਰ ਕੀਤਾ ਹੈਗਾ। ਇਸ ਕਰਕੇ ਇਹਨਾਂ ਨੂੰ ਉੱਥੋਂ ਦੀ ਸਿਆਸਤ ਬਾਰੇ, ਉੱਥੋਂ ਦੀ ਪੁਲਿਸ ਬਾਰੇ ਅਤੇ ਉੱਥੋਂ ਦੀ ਜਿਹੜੇ ਜਵਾਨ ਹੈ ਕਿ ਉਹਨਾਂ ਬਾਰੇ ਚੰਗੀ ਤਰ੍ਹਾਂ ਸਮਝ ਹੈਗੀ ਹੈ, ਉੱਥੋਂ ਦੀ ਭੂਗੋਲਿਕ ਸਥਿਤੀ ਕੀ ਕਹਿੰਦੀ ਹੈਗੀ ਹੈ ਅਤੇ ਉੱਥੋਂ ਦੀ ਸਿਆਸਤ ਕੀ ਕਹਿੰਦੀ ਹੈ। ਇਸ ਕਰਕੇ ਵਿਕਰਮਜੀਤ ਸਿੰਘ ਗਰਮ ਸਾਹਿਬ, ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਕਰਨਲ ਵਿਪਨ ਪਾਠਕ ਡਿਫੈਂਸ ਕਮੈਂਟੇਟਰ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਰਿਟਾਇਰਡ ਕਰਨਲ ਨੇ, ਇਹਨਾਂ ਨੇ ਕਾਊਂਟਰ ਇੰਟੈਲੀਜੈਂਸ ਦੇ ਵਿੱਚ ਤਕਰੀਬਨ 13 ਸਾਲ ਸੇਵਾ ਕੀਤੀ ਹੈ, ਸਰਵਿਸ ਨਿਭਾਈ ਹੈਗੀ ਹੈ, ਅਤੇ ਇਹਨਾਂ ਨੂੰ ਪਤਾ ਹੈਗਾ ਕਿ ਇੰਟੈਲੀਜੈਂਸ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ,
पुलिस ते जां फौज दे जवान जां होर साडियां सुरक्षा एजेंसियां दहशतगर्दां दे पर कुतरन दे लई जां दहशतगर्दां नूं खंगालन दे लई उहनां नाल किहो जिहे रिश्ते बनाउंदी है कि इहनां रिश्तिआं दे विचाले रिश्ते आ जिहड़े ओह साडे देश दे लई किन्ने लाहेवंद हुंदे आ जां देश दी सुरक्षा दे लई किन्ने लाहेवंद हुंदे आ सब दे विचाले देश दी सुरक्षा नाल जे कोई समझौता करदा जिहड़ा जवान तां उहनां ते इल्ज़ाम किहो जिहे लगदे आ ओह कर्नल बिपिन पाठक तों समझण दी कोशिश करांगे। डी एस पी दविंदर सिंह दा रोल की सी ते ओह किहड़ा रोल सामने आ गया। बिपिन पाठक तुहाडा बहुत स्वागत है। डॉक्टर मेजर ए पी सुनवारिया ये खुद देश की सेवा कर चुकी है तो हुण आर एस एस तो बाद बीजेपी दे विच सेवा निभा रहे हैं समझ की कोशिश करा कि जिहड़ा सियासत है इस पूरे एपीसोड नूं धर्म वाली रंगत क्यों दे रही है। पर सुनवारिया साहब तो यह भी समझने की कोशिश करा कि पुलवामा हमले वाला सवाल वार वार क्यों आता। सुनवारिया साहब तुहाडा बहुत स्वागत है। गुरमनीत सिंह मांगड़ कांग्रेस से बुला रहे हैं ये यूथ आगू ने तो इन्हों समझ की कोशिश करा कि कांग्रेस किहड़े यूथ नूं किहड़ी दिशा देने की कोशिश विच लगी हुई है। पर सवाल यह हैगा कि कांग्रेस इन्हां पूरे मामलों धर्म के चश्मे नाल धर्म की अणक के नाल क्यों देखना चाहती है यह भी सवाल पूछा जाना लाजमी हैगा। तो जिहड़ा कांग्रेस ने सवाल चुकया हैगा कि डी एस पी दविंदर सिंह कल्ला मोहरा तां नहीं सी उस सवाल का जवाब भी इन्हां तों लवांगे। मांगड़ साहब तुहाडा बहुत स्वागत है। सब तो पहला सवाल मांगड़ साहब तुहानूं ही करना चाहुंदा। हाँ जी मांगड़ साहब तुसीं धर्म का चश्मा क्यों लाया होया? देखो के पी जी इनू जिहड़ा समझण दा कंटेक्सट सीगा ਆਪਾਂ ਉਸ ਕੰਟੈਕਸਟ ਨੂੰ ਪਹਿਲਾਂ ਸਮਝ ਲਈਏ ਵੀ ਇਹ ਕੀ ਕਿਹਾ ਗਿਆ ਸੀ। ਨਹੀਂ ਨਹੀਂ ਤੁਸੀਂ ਕੰਟੈਕਸਟ ਨਾਲ ਨਹੀਂ ਸਮਝਾਓ, ਮੈਨੂੰ ਇਹ ਸਮਝਾਓ ਸਿੰਘ ਖਾਣ ਵਾਲੀ ਲੜਾਈ ਕਿਉਂ ਤੁਸੀਂ ਚਾਹੁੰਦੇ ਹੋ? ਅਸੀਂ ਬਿਲਕੁਲ ਨਹੀਂ ਚਾਹੁੰਦੇ ਜੀ। ਇਹ ਜਿਹੜੀ ਚਾਹੁੰਦੇ ਆ ਸਾਡੇ ਪੈਨਲ 'ਤੇ ਮੌਜੂਦ ਨੇ ਬੀਜੇਪੀ ਆਰ ਐਸ ਐਸ ਵਾਲੇ, ਇਹ ਸਿਰਫ ਉਹਨਾਂ ਨੇ ਇਸ ਗੱਲ ਕਰਕੇ ਕਿਹਾ ਸੀਗਾ ਵੀ ਆਹੀ ਜੇ ਕੋਈ ਮੋਮਡਨ ਹੁੰਦਾ, ਕੋਈ ਮੁਸਲਮਾਨ ਭਰਾ ਹੁੰਦਾ ਤਾਂ ਉਹਦੇ ਲਈ ਗਵਰਨਮੈਂਟ ਦਾ ਨਜ਼ਰੀਆ ਡਿਫਰੈਂਟ ਹੁੰਦਾ ਸੀਗਾ। ਇੱਕ ਸਪੈਸੀਫਿਕ ਕਮਿਊਨਿਟੀ ਨੂੰ ਉਹ ਈਜ਼ੀ ਟਾਰਗੇਟ ਹੋ ਜਾਂਦਾ। ਔਰ ਤੁਸੀਂ ਅਸੀਂ ਤਾਂ ਕਹਿੰਦੇ ਰਹੇ ਟੈਰੋਰਿਜ਼ਮ ਛੇੜ ਰਹੇ ਹੋ के पी जी, उस ओदा कंटेक्सट यह है कि टैररिज्म का कोई रिलीजन नहीं होंदा, ये उस कंटेक्सट कहा गया। हाँ जी टैररिज्म का कोई रिलीजन नहीं होंदा, पंजाब इस चीज़ का सबूत हैगा, असी भी इत्थे बड़ा टैररिज्म देखा है। ये उस कंटेक्सट दे विच कही सी, सिंह खान वाली कोई गल नहीं है। यानी कि अधीर रंजन चौधरी साहब के बयान के नाल कांग्रेस खड़ी है। देखो जी कांग्रेस उस बयान तो पिछे हटने को तैयार नहीं। मैं उन्हें मैनू तो नहीं लगता उन्होंने कोई यहो जी गल की। उन्होंने यह कहा कि तुसी पूरा बयान सुनो ना कि बीजेपी आर एस एस देश नू किस पासे लेके जा रहा है। ठीक ठीक है। हाँ सुन रहे सर, सुन रहे सर, तुहाडे ते हमेशा इल्जाम लगता कि क्रिमिनल एजेंडे वाली पॉलिटिक्स करते हो। देखो के पी जी, सब तो पहले तो मैं अपनी सिक्योरिटी एजेंसी को बहुत तुहाडे चैनल पर बहुत बहुत बधाई दे रहा है कि उन्होंने बड़े समझदारी नाल करके ये जो बड़ा हादसा होने वाला सी, अंदेशा सी, उन्हें रोकता। हुण मैं पूछना चाहता, मेरे कांग्रेस के बुलारे मंगत जी मेरे को बैठे ने, तुसी सवाल पूछा सी कि सिंह और खान दा जिहड़ी गल है वह कहिंदे असी, भाई ये गल मैं नहीं कह रहा, आर एस एस नहीं कह रहा, अधीर रंजन चौधरी कौन है तुहानू पता है कौन है? वो पार्टी दा, वो बीजेपी दा है कि कांग्रेस दा है? कौन है मंगत जी? वो कांग्रेस दा है कि वो कांग्रेस? तो आज उन्होंने जड़ी गल की है वो कांग्रेस जड़ी फितरत मानसिकता है वो जाहिर कर दी, बिकॉज कांग्रेस की फितरत है कि ना वो हिंदुआ नू पसंद करते ना सिखा नू पसंद करते ने। वो हाला पिछे देख कदे हिंदू कदे हिंदू भंगवा भंगवा आतंकवाद कहते रहे, सिखा दे उपर तो जो जो इन्होंने किया इन्हों जमीन पैरों से जमीन निकल रही है हूँ, वो जमीन नू किसी ना किस तरह से होल्ड करने वास्ते इदा की गल वो शुरू कर देते हैं। ठीक है, मैं वापस आऊँगा तो तुहाडे तो होर भी सवाल जवाब बड़े लेने हैं। विक्रमजीत सिंह, इस पूरे मामले दे विच जदों एक ये खबर चल रही हूँ कि उन्होंने एम एच ए वालों अवार्ड मिले हुए हैं, तो जदों जम्मू कश्मीर पुलिस ये सफाई देती हैगी कि यह जी रिपोर्टों तो मीडिया में भी बचना चाहिए, तो 15 अगस्त नूं जिहड़ा उन्होंने अवार्ड दिता हैगा उसका जिक्र होना चाहिए। सवाल सन्माना का नहीं है, सवाल देश के सन्मान का है। विक्रमजीत सिंह डी एस पी दविंदर सिंह के नाते जिहड़ी सियासत हो रही उस सियासत तो पासे हट के मैं एक सवाल तुहानूं जरूर पूछना चाहुंदा, डी एस पी दविंदर सिंह सिर्फ मोहरा सी जां कोई होर वी? आई थिंक सब तो पहला सानू यह समझना है कि डी एस पी दविंदर सिंह की रेफरेंस पहले पार्लियामेंट अटैक हाउस में आई सी और एक बड़ी स्पेसिफिक लीड आई सी कि दविंदर सिंह के कहते एक टैररिस्ट पाकिस्तान का मुहम्मद दिल्ली गया हैगा, उन्होंने एक शेल्टर भी दिता, उन्हें गड्डी भी खरीदी है। वो लीड वॉज नैवर इनवैसटीगेटिड प्रॉपरली। उसके बाद दविंदर सिंह की जिहड़ी इनवैसटीगेशन हुण हो रही है आफ्टर हिज अरैसट, हुण पुलिस कह रही है कि ये जिहड़े टैररिस्ट सी कश्मीर विच उन्होंने फ्रॉम वन प्लेस टू दी अदर लैके जांदा सी, अपने घर भी ठहरांदा सी और अपने घर विच टैररिस्ट का असला रखदा सीगा,
ਸੋ ਦਵਿੰਦਰ ਸਿੰਘ ਬਹੁਤ ਡਬਲ ਗੇਮ ਖੇਡ ਰਿਹਾ ਸੀਗਾ। ਇੱਕ ਤਾਂ ਕਹਿੰਦਾ ਸੀ ਕਿ ਮੈਂ ਐਂਟੀ ਟੈਰਰਿਸ ਓਪਰੇਸ਼ਨ ਵਿੱਚ ਬੜਾ ਮਾਹਿਰ ਹੂੰ। ਦੂਜੀ ਸਾਈਡ ਦਵਿੰਦਰ ਸਿੰਘ ਦੀ ਜਿਹੜੀ ਦੂਜੀ ਰਿਐਲਿਟੀ ਸੀ, ਇੱਕ ਤਾਂ ਸੀ ਟੈਰਰਿਸ ਨੂੰ ਇਹਨੇ ਸਪੋਰਟ ਦੇਣੀ, ਦੂਜੀ ਇੱਕ ਇਹ ਇਹਦਾ ਕੀ ਬੰਦੇ ਦੀ ਰੈਪੂਟੇਸ਼ਨ ਸੀ, ਔਰ ਰੈਪੂਟੇਸ਼ਨ ਨਹੀਂ, ਇਹਦੀ ਜਿਹੜੀ ਐਵੀਡੈਂਸ ਹੈ, ਇਹ ਬੰਦਾ ਲੋਕਾਂ ਨੂੰ ਚੱਕ ਕੇ ਟੋਰਚਰ ਕਰਦਾ ਸੀ, ਉਹਨਾਂ ਤੋਂ ਐਕਸਟੋਰਸ਼ਨ ਕਰਦਾ ਸੀਗਾ। ਔਰ ਇਹ ਬਹੁਤ ਕੇਸਿਸ ਨੇ, ਤੁਹਾਨੂੰ ਮੈਂ ਗੱਲ ਦੱਸਾਂ ਆਪਣੀ ਪਰਸਨਲ ਐਕਸਪੀਰੀਅੰਸ। 1998 ਵਿੱਚ ਮੈਂ ਬੀਰਵਾ ਵਿੱਚ ਮੈਂ ਸਟੋਰੀ ਕੀਤੀ ਸੀ, ਐਟ ਗੋਨ ਇਨ ਟੂ ਬੀਰਵਾ ਇਨ ਕਸ਼ਮੀਰ, ਕਿ ਇੱਕ ਪੁਲਿਸ ਬੰਦੇ ਨੇ ਇੱਕ ਲੇਡੀ ਨੂੰ ਕਤਲ ਕੀਤਾ। ਮੈਂ ਇਨਵੈਸਟੀਗੇਟ ਕੀਤਾ, ਉਹਦੇ ਵਿੱਚ ਇੱਕ ਬੰਦੇ ਨੇ ਸਾਨੂੰ ਹੈਲਪ ਕੀਤੀ, ਜੋ ਬਾਅਦ ਵਿੱਚ ਇੱਕ ਕਸ਼ਮੀਰ ਜਰਨਲਿਸਟ ਬਣਿਆ। ਉਸ ਜਰਨਲਿਸਟ ਨੂੰ ਇਸ DSP ਦਵਿੰਦਰ ਸਿੰਘ ਨੇ ਚੱਕਿਆ ਔਰ ਕੁੱਟਿਆ ਔਰ ਕਸਟਡੀ 'ਚ ਪਾ ਤਾ, ਔਰ ਉਹ ਤੋਂ ਪੈਸੇ ਮੰਗੇ। ਉਹਦੇ ATM ਕਾਰਡ ਲੈ ਕੇ 1,00,000 ਰੁਪਇਆ ਉਸ ਜਰਨਲਿਸਟ ਦਾ ਇਸ DSP ਦਵਿੰਦਰ ਸਿੰਘ ਨੇ ਕੱਢਿਆ। ਬਾਅਦ 'ਚ ਹਾਈਕੋਰਟ 'ਚ ਕੇਸ ਹੋਇਆ ਔਰ DSP ਦਵਿੰਦਰ ਸਿੰਘ ਦੀ ਸੈਲਰੀ 'ਚੋਂ 5,000 ਰੁਪਏ ਪਰ ਮਹੀਨੇ ਕੱਟ ਹੋਏ ਟੂ ਗਿਵ ਬੈਕ ਟੂ ਦੈਟ ਬੋਏ। ਇਹ ਬੰਦਾ ਇੰਨਾ ਖਰਾਬ ਸੀਗਾ। ਔਰ ਸਾਲ ਦੀ ਗੱਲ ਦੱਸ ਰਹੇ ਤੁਸੀਂ, ਇਹ ਦਿਸ ਵਾਜ਼ ਇਨ ਦਾ 2000 ਦੇ ਬਾਅਦ। ਅੱਛਾ। ਔਰ ਇਹ DSP ਦਵਿੰਦਰ ਸਿੰਘ ਕਿਉਂ ਬਚਦਾ ਸੀਗਾ? ਕਿਉਂਕਿ ਇਹਨੂੰ ਹਾਇਰ ਆਫਿਸਰ ਦੀ ਪ੍ਰੋਟੈਕਸ਼ਨ ਸੀ ਕਿ ਇਹ ਜੀ ਐਂਟੀ ਟੈਰਰਿਸਟ ਓਪਰੇਸ਼ਨ ਦੇ ਬਹੁਤ ਵਧੀਆ ਹੈ, ਬੜਾ ਡੇਰਿੰਗ ਹੈਗਾ। ਉਸ ਕਵਰ ਦੇ ਅੰਡਰ ਇਹ ਇੰਨਾ ਲੋਕਾਂ ਨੂੰ ਤੰਗ ਕੀਤਾ ਇਸ ਬੰਦੇ, ਹਜੇ ਵੀ ਸ਼ੈਲਟਰ ਸੀਗਾ ਇੱਥੇ, ਬਿਲਕੁਲ ਸ਼ੈਲਟਰ। ਇਹਦੇ ਬੰਦੇ ਹਾਇਰ ਪੁਲਿਸ ਸਰਕਲ ਵਿੱਚ ਇਹਦੇ ਪ੍ਰੋਟੈਕਟਰਸ ਬੈਠੇ ਨੇ। ਔਰ ਇਹ ਦੇਖੋ, ਇੱਕ ਬੰਦਾ ਬਦਾਮੀ ਬਾਗ ਵਿੱਚ ਇਹਨੇ 2 ਕਰੋੜ ਦੀ ਕੋਠੀ ਖਰੀਦੀ ਹੈ, ਪਲੱਸ ਉਹਦੇ ਉੱਪਰ ਇੱਕ ਪੈਲੇਸ ਬਿਲਡ ਕਰ ਰਿਹਾ, ਬਣਾ ਰਿਹਾ। ਇਹਦੀ ਡਾਟਰ ਪੜ੍ਹ ਰਹੀ ਹੈ ਬੰਗਲਾਦੇਸ਼ ਵਿੱਚ, ਤੁਸੀਂ ਇਮੈਜਿਨ ਕਰੋ ਕਿੰਨੇ ਲੱਖ ਦੇ ਰਿਹਾ ਉੱਥੇ। ਇੱਕ DSP ਇੰਨੇ ਪੈਸੇ ਇਕੱਠੇ ਕਰ ਰਹੇ ਔਰ ਇਹਨੇ ਦੇ ਪੁਲਿਸ ਅਫਸਰ ਨੂੰ ਕੁਛ ਪਤਾ ਨਹੀਂ ਸੀ ਵਾਟ ਇਜ਼, ਇਹਦਾ ਮਤਲਬ ਨੈਕਸਸ ਹੈ ਪਿੱਛੇ ਕੋਈ? ਇਟ ਇਜ਼ 100% ਨੈਕਸਸ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਜਦ ਪਾਰਲੀਮੈਂਟ ਹਾਊਸ ਦੀ ਅਟੈਕ ਦੀ ਇਹ ਲੀਡ ਆਈ ਕਿ ਦਿਸ ਮੈਨ ਨੇ ਮੁਹੰਮਦ ਨੂੰ ਭੇਜਿਆ, ਉਹਦੇ ਨਾਲ ਕੌਣ ਇਨਵੋਲਵ ਸੀਗਾ ਦਵਿੰਦਰ ਸਿੰਘ ਨਾਲ? ਅਲਤਾਫ ਹੁਸੈਨ। ਅਲਤਾਫ ਹੁਸੈਨ ਕੌਣ ਸੀਗਾ? ਹੀ ਵਾਜ਼ ਦਾ ਬ੍ਰਦਰ ਇਨ ਲਾਅ ਆਫ ਆਸ਼ਿਕ ਬੁਖਾਰੀ, ਦ ਸੋ ਕਾਲਡ ਲੀਡਿੰਗ ਕਾਊਂਟਰ ਇਨਸਰਜੈਂਸੀ ਆਫਿਸਰ ਆਫ ਕਸ਼ਮੀਰ ਐਟ ਦੈਟ ਟਾਈਮ। 2000 ਦੀ ਗੱਲ ਕਰ ਰਿਹਾ, 2001 ਦੇ ਬਾਅਦ ਦੀ ਗੱਲ ਮੈਂ ਕਰ ਰਿਹਾ। 2004 ਤੱਕ ਆਸ਼ਿਕ ਬੁਖਾਰੀ ਅਨੰਤਨਾਗ ਦਾ SSP ਸੀਗਾ। ਇਹ ਡੀਪ ਨੈਕਸਸ ਜਿਹੜਾ ਹੈ ਇਹ ਅੱਜ ਤੱਕ ਨਹੀਂ ਇਨਵੈਸਟੀਗੇਟ। ਠੀਕ ਹੈ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਅਸਲ ਵਿੱਚ ਕੋਈ ਨੈਕਸਸ ਇਹ ਹੈਗਾ ਅਤੇ ਉਸ ਨੈਕਸਸ ਦਾ ਪੂਰੀ ਤਰ੍ਹਾਂ ਜਦੋਂ ਖੁਲਾਸਾ ਨਹੀਂ ਹੋ ਜਾਂਦਾ, ਉਹ ਤੱਕ ਪਤਾ ਨਹੀਂ ਲੱਗੂਗਾ ਕਿ ਜੜ੍ਹਾਂ ਕਿੱਥੋਂ ਤੱਕ ਫੈਲੀਆਂ ਹੋਈਆਂ ਸੀ। ਇਹ ਬਹੁਤ ਸੰਜੀਦਾ ਡਿਬੇਟ ਇਹ ਮੰਗਦੀ ਹੈ ਕਿ ਹੈ ਇਹ ਜਿਹੜਾ ਵਿਸ਼ਾ ਹੈਗਾ, ਇਸ ਵਿਸ਼ੇ ਤੋਂ ਜਿਹੜੀ ਸਿਆਸਤ ਹੈ ਉਹ ਭਟਕਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਜਦੋਂ ਧਰਮ ਵਾਲੀ ਸਿਆਸਤ ਛੇੜੀ ਜਾਵੇ ਤਾਂ ਫਿਰ ਤੁਸੀਂ ਸਮਝ ਲਓ ਅਸਲ ਮੁੱਦੇ ਤੋਂ ਧਿਆਨ ਭਟਕਾਇਆ ਜਾ ਰਿਹਾ। ਪਰ ਅਸੀਂ ਅਸਲ ਮੁੱਦੇ 'ਤੇ ਰਹਾਂਗੇ, ਬ੍ਰੇਕ ਤੋਂ ਫਿਰ ਵਾਪਸ ਆ ਰਹੇ ਹਾਂ। ਕੋਈ ਸਵਾਲ ਵੱਡਾ ਹੀ ਪੁੱਛ ਰਿਹਾ, ਦੇਸ਼ ਦੀ ਸਿਆਸਤ DSP ਦਵਿੰਦਰ ਸਿੰਘ ਦਾ ਕਿਹੜਾ ਕਨੈਕਸ਼ਨ ਲੱਭ ਰਹੀ ਹੈ? ਪਾਠਕ ਸਾਹਿਬ, ਸਵਾਲ ਇਹ ਹੈਗਾ ਕਿ ਜੋ ਸਾਡੇ ਕੋਲ ਖਬਰਾਂ ਆਈਆਂ ਜਾਂ ਜੋ ਦਾਅਵੇ ਕੀਤੇ ਜਾ ਰਹੇ ਆ ਕਿ ਪਿਛਲੇ 2 ਮਹੀਨਿਆਂ ਤੋਂ ਇਹ ਜਾਂਚ ਏਜੰਸੀਆਂ ਦੀ ਰਡਾਰ 'ਤੇ ਸੀਗਾ, ਇਸ ਨੂੰ ਖੰਗਾਲਿਆ ਜਾ ਰਿਹਾ ਸੀਗਾ, ਪਰ ਸਵਾਲ ਇਹ ਹੈਗਾ ਕਿ ਹੁਣ ਜਦੋਂ ਉੱਥੇ ਇੱਕ ਵਫਦ ਆਉਂਦਾ, ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਆਹ ਤਸਵੀਰ, ਉਸ ਵਫਦ ਦੇ ਨਾਲ ਇਹ ਦਵਿੰਦਰ ਸਿੰਘ ਖੜ੍ਹਾ ਦਿਖਾਈ ਦੇ ਰਿਹਾ, ਇਹਦਾ ਇੱਥੇ ਹੋਣਾ ਕੀ ਇਸ਼ਾਰਾ ਕਰਦਾ? ਦੇਖਿਏ, ਜੋ ਇਹ ਉਹ ਤਾਂ ਪੋਸਟਡ ਹੀ ਐਂਟੀ ਹਾਈਜੈਕਿੰਗ ਮੇਂ ਥੇ, ਸੋ ਆਬਵੀਅਸਲੀ ਜਬ ਇਹ ਏਅਰਪੋਰਟ ਮੇਂ ਉਤਰੇ ਹੈ, ਹੀ ਵਿਲ ਬੀ ਦੇਅਰ, ਸੋ ਦੇਅਰ ਇਜ਼ ਨਥਿੰਗ ਰੋਂਗ ਵਿਦ ਇਟ। ਐਂਡ ਇਹਦੇ ਵਿੱਚ ਕੋਈ ਜਾਂਚ ਦੀ ਲੋੜ ਨਹੀਂ, ਕੋਈ ਇਨਕੁਆਇਰੀ ਲੋੜ ਨਹੀਂ, ਵੀ ਕੋਈ ਇਹਨੂੰ ਸ਼ੈਲਟਰ ਤਾਂ ਨਹੀਂ ਕਰ ਰਿਹਾ ਸੀਗਾ? ਅਭੀ ਦੇਖਿਏ, ਸ਼ੈਲਟਰ ਕੀ ਬਾਤ ਅਭੀ ਜੈਸੇ ਆਪਨੇ ਬਾਤ ਕੀ ਕਿ ਇਹ ਕਿਆ ਨਾਮ ਥਾ ਬੁਖਾਰੀ ਨਹੀਂ ਜਿਸਕੋ ਫਾਂਸੀ ਦੇ ਦੀ, ਅਫਜ਼ਲ ਗੁਰੂ ਖਾਨ, ਉਸਕਾ ਸਟੇਟਮੈਂਟ, ਆਈ ਵਾਜ਼ ਦੇਅਰ, ਹੀ ਵਾਜ਼ ਇਨ SOG ਸੋਪੋਰ, ਅੱਛਾ ਖਾਸਾ ਇਨਵੈਸਟੀਗੇਸ਼ਨ ਹੁਆ ਥਾ, ਐਂਡ ਇਟ ਵਾਜ਼ ਫਾਊਂਡ ਕਿ ਪੀਪਲ ਵੇਅਰ ਅਵੇਅਰ, ਹੀ ਹੈਡ ਟੇਕਨ ਪਰਮਿਸ਼ਨ, ਐਂਡ ਦੈਟਸ ਐਵਰੀਥਿੰਗ ਇਨ ਰਾਈਟਿੰਗ, ਦੈਟ ਇਜ਼ ਦ ਰੀਜ਼ਨ ਵਾਈ ਇਟ ਵਾਜ਼ ਨਾਟ ਫੋਲੋਡ। ਐਂਡ ਉਸਕੇ ਬਾਅਦ ਵੀ ਆਪ ਦੇਖੀਏ, ਗੁਲਾਮ ਨਬੀ ਆਜ਼ਾਦ ਕੀ ਮਿਨਿਸਟਰੀ ਰਹੀ ਹੈ, ਇਹ ਰਹੀ ਹੈ, ਵਾਈ ਡਿਡ ਦੇ ਪਰਸਿਊ ਇਟ? ਦਿਸ ਗਾਏ ਹੀ ਬਹੁਤ ਅੱਛਾ ਬੰਦਾ ਥਾ, ਬੜਾ ਮਤਲਬ, ਮੈਂ ਇਸਕਾ ਮਤਲਬ ਅਭੀ ਤੱਕ ਤੋ ਦੇਰ ਇਜ਼ ਨੋ ਪਰੂਫ, ਇਟ ਇਜ਼ ਓਨਲੀ ਅ ਸਟੇਟਮੈਂਟ, ਬਿਕੋਜ਼ ਇਟ ਇਜ਼ ਨੋਟ ਅ ਨਿਊ ਕੇਸ। 2006 ਮੇਂ ਵੀ ਬੰਦੇ ਪਕੜੇ ਗਏ ਥੇ, 2012 ਮੇਂ ਵੀ ਪੁਲਿਸ ਵਾਲੇ ਪਕੜੇ ਗਏ ਥੇ, ਇੰਟ ਵਾਲੇ ਵੀ, ਬਟ ਬਾਅਦ ਮੇਂ ਜਬ ਇਨਵੈਸਟੀਗੇਸ਼ਨ ਹੁਆ, ਪੀਪਲ ਵੇਰ ਐਗਜ਼ੋਨਰੇਟਡ ਬਿਕੋਜ਼ ਦੇ ਵਰ ਸਪੈਸ਼ਲ ਓਪਰੇਸ਼ਨਸ। ਸੋ ਮਾਈ ਪੁਆਇੰਟ ਇਜ਼ ਕਿ ਅਗਰ ਇਸਨੇ ਕੀਆ ਹੈ, ਲੈਟ ਦ ਇਨਵੈਸਟੀਗੇਸ਼ਨ ਕਮ, ਇਸਕੋ ਅਭੀ ਰੋਗ ਮਤ ਡਿਕਲੇਅਰ ਕਰੋ। ਅਗਰ ਇਸਨੇ ਕੀਆ ਹੈ, DSP ਨੂੰ ਗਦਾਰ ਨਹੀਂ ਕਹਿਣਾ ਚਾਹੀਦਾ, ਅਭੀ ਕਹਿਣਾ ਨਹੀਂ ਚਾਹੀਏ, ਜਬ ਤੱਕ
पूरा क्या रिपोर्ट आनी जाती है बिकॉज कल ऐसा जड़े पिछले केसेस विक्रमजीत खराने जना जिक्र किया है। देखिए मैं आपको उस पिछले केसेस नु पाठक साहब उस पिछले केसेस नु डीएसपी दे करैक्टर ना जोड़ के देखा जाना चाहिए कि नहीं। देखो अभी एंटी टेरर में अभी तो लोग जो उठाए जाते हैं नो वन इज एक्चुअली इनोसेंट। अगर बिना कोई प्यार से तो कोई बोलता नहीं है, पीपल डू सिंपथाइज जिनको उठाया हुआ है। ठीक है, आप 10 आदमी से आपको बोलने के लिए अगर सब बोलते हैं प्यार से उनसे बुलवा लेंगे, ये कभी नहीं हो सकता है। अगर आप वैली देखिए 89-90 में वैली हमारे हाथ से निकल गई थी। इट इज कर्टसी सिक्योरिटी फोर्सेस एंड कॉम्प्लीमेंट्स टू एसटीएफ जो एसओजी का प्रेडिसेसर था रेज्ड बाय मिस्टर फारूक खान हु इज एन एडवाइजर नाउ, देवेंद्र मनोहर सिंह शकूर वानी ऑल दीज पीपल वर्कड अंडर देम एंड दे डिड अ गुड जॉब। एक मैंने पाठक सर सवाल दो, जी पोलीटिकल बयानबाजियां हो रही हैं ये सुनारिया साहब इतने बैठे बधाई दे जाते साड़िया जांच एजेंसियां वो बधाई वापस ले लेने लोग। देखिए पॉलिटिकल उन्होंने गदार साबित कर रहे हैं ना। नहीं नहीं अभी ये लोग कांट दे वेट, व्हाई शुड पॉलिटिकल पार्टी कमेंट ऑन। अभी देखिए इनमें से आधे लोग ने तो जो सुना सुनाई जैसे मीडिया बोले जा रहा है कि ये किया उसने ये किया, यू मेड अ डेविल आउट ऑफ इट। मुझे ये बताइए इधर बैठ के आसान है बट अगर ग्राउंड में आप बंदे जब पकड़ते हैं आप उनको टॉफी खिला के तो बुलवा नहीं सकते। कोई भी कंट्री अगर बोले कि मैं टॉफी खिला के बुलवा सकता हूँ वो नहीं हो सकता है। इवन यूएसए जैसी कंट्रीज में आप देखिए क्या क्या था ग्वांटमाला में इधर उधर, यू हैव टू यूज इट। एंड दिस गाय इन सोपोर में जब था ही डिड वेरी वेल। एंड अगर इसकी आप देखिए कि लश्कर मिलिटेंट मारे हैं, इसने जैश की भी मारे हैं, एचएम के भी मारे हैं। एंड सबसे बड़ी बात यह है कि जो इसे नावेद मुश्ताक है ये पुलिस वाला था 2017 में, उस फिर बडगाम से 4 हथियार लेके भाग गया था, ये रहने वाला है इमाम साहब सूपिया का। ये रफीक अहमद राथर वो भी इमाम साहब का रहने वाला है, और जो एक ओवरग्राउंड वर्कर था इरफान शफी, ये दिन के टाइम में गाड़ी में जाएंगे जबकि वहाँ आफ्टर पोस्ट पुलवामा इतना चेक्स एंड बैलेंसेस हैं, और दिन के टाइम में कोई ऐसी बेवकूफ़ी करेगा? बिकॉज देखिए जब तक का पूरा कन्फर्म नहीं हो सकता, कई बार कम्युनिकेशन गैप हो जाती है, कई बार ईगो प्रॉब्लम हो जाती है बिटवीन ऑर्गेनाइजेशन। ये बंदा ठीक है, पुलवामा हमला जड़ा होया, पुलवामा हमले दे विचाले कोई जड़ी इंक्वायरी है वो बैठी है हम तक? देखो उसे पूरा क्लियर है, इंटरसेप्ट्स है, सब चीज है। उसके आगे अभी ए डीएसपी का नाम ओदे ना जोड़ना चाहिए कि नहीं? नहीं क्यों जोड़े जब पहले कर चुके हैं, जब नहीं नाम आया? अगर इसका पहले भी आया होता यू थिंक नहीं होता? अभी जैसे ये था डीएसपी देवेंद्र सिंह नु आज दी स्थिति विच क्लीन चिट दे रहे हो? नहीं मैं आज का नहीं, मैं कह रहा हूँ कि इन्वेस्टिगेशन पूरा होने दो, उसके बाद हम लोग को बोलना चाहिए। ठीक ठीक मैं वापस आऊंगा। हाँ विक्रम, आई थिंक दिस इज कंप्लीट व्हाट यू कॉल वॉट अबाउट री जिन्होंने कहते हैं अंग्रेजी में। आई जी कश्मीर विजय कुमार हैज ऑन रिकॉर्ड बिफोर अ प्रेस कॉन्फ्रेंस सेड वी आर ट्रीटिंग हिम एज अ टेररिस्ट। सो दैट इज व्हाई आई एम सेइंग प्लीज होल्ड ऑन, आई हैव नॉट इंटरप्टेड यू, होल्ड ऑन। सेकेंडली अगर ये मीडिया में रिपोर्टां चल रही हैं कि 2 महीने तो पुलिस ये पिछे लगी सी, अगर 2 महीने तो पुलिस ये पिछे सी दविंदर सिंह के, दैन इन्होंने इनू एयरपोर्ट की सिक्योरिटी का क्यों हाईजैकिंग का इंचार्ज दिता, और यू फॉरन एनवॉयज इंक्लूडिंग द US अंबैसडर के कोल क्यों जान दिता अगर ही वॉज अंडर स्क्रूटनी? थर्डली कम्स टू द इशू ऑफ पुलवामा अटैक। देखो ही वॉज ट्रांसफर्ड आउट ऑफ पुलवामा बिफोर द पुलवामा अटैक, बट he was only DSP when the attack on Pulwama police district police lines took place in August 2017. He was DSP district armed guard DAR jinu kehnde district armed rifle whatever you call it. So tad ho siga aur onu jehda ek award milya hai oh ministry of home affairs ne ditta, oh JNK state ne ditta hai for repulsing the fidein attack on district police lines Pulwama. Okay, नाउ हाउ ए बंदा फड़िया किस तरह गया, ये बड़ी ज्यादा कन्फ्यूजन इज बीइंग क्रिएटेड बाय एवरीबॉडी कंसर्न। मैंने थोड़ा जवाब दो, पुलवामा हमले नाल जेड़ा पुलवामा हमला होया जेड़ा ब्लास्ट होया ओदे विच इदा कनेक्शन नहीं हो सकता क्योंकि ही वाज ट्रांसफर्ड आउट मच बिफोर। ठीक है, तुसी सर पुलिस लाइन वाला कह रहे हो जेड़ा पुलिस लाइन 2017 जम्मू कश्मीर पुलिस ने जेड़ा साफ किया, यस 2017 विच। दूजा ये कह रहे ने कि इनू पता नहीं सीगा कि पुलिस वाज आफ्टर, देखो होया कि इनू फड़िया किस तरह गया इन्हां नू, इन्हें नवीद बाबू जिहड़ा मेन कमांडर सी हिजबुल मुजाहिदीन दा, इन्हें अपने ब्रदर या रिलेटिव नू फोन किया कि असी जम्मू आ रहे हैं, दैट वॉज पिक्ड अप बाय टेक्निकल सर्वेलेंस कि ये जम्मू जा रहे हैं इस एन इस गड्डी विच। जब पुलिस ने नाका ला के रोकिया उन्होंने सब तो वड्डा शौक तो यह आया कि उहदे नाल DSP बैठा। DSP साहब ने जिहड़ा इन्हां दे सपोर्टर्स ने उन्होंने ये थ्योरी है कि DSP साहब तो उन्होंने सरेंडर करान लैके जा रहे थे, दिस इज द थ्योरी बिंग फ्लोटेड बाय। अगर ये थ्योरी ट्रू होंगी
ਤਾਂ ਜਿਹੜੇ ਦੂਜੇ ਦੋ ਜੋ ਟੈਰਰਿਸ ਫੜੇ ਉਹਨਾਂ ਨੇ ਵੀ ਕਨਫਰਮ ਨਹੀਂ ਕੀਤੀ, ਨਾਈਦਰ ਹੀ ਵਾਜ਼ ਇਨ ਦੀ ਐਂਟੀ ਹਾਈਜੈਕਿੰਗ ਸਕੁਆਡ, ਹੀ ਵਾਜ਼ ਨੋਟ ਪਾਰਟ ਆਫ ਦੀ ਡਿਊਟੀਜ਼ ਟੂ ਮੇਕ ਟੈਰਰਿਸ ਸਰੈਂਡਰ। ਸੈਕੰਡਲੀ ਕੋਈ ਇਹਨੇ ਆਪਣੇ ਸੀਨੀਅਰ ਅਫਸਰ ਨੂੰ ਨਹੀਂ ਇਨਫੋਰਮ ਕੀਤਾ ਕਿ ਮੈਂ ਇਹਨੂੰ ਟੈਰਰਿਸ ਨੂੰ ਸਰੈਂਡਰ ਕਰਨ ਜਾ ਰਿਹਾ। ਸੋ ਇਹਦਾ ਸਾਫ਼ ਐਂਡ ਸਾਫ਼ ਪ੍ਰਾਈਮ ਫੇਸੀ ਇਹੀ ਮਤਲਬ ਹੈ ਕਿ ਇਹ ਪੈਸੇ ਲੈ ਕੇ ਟੈਰਰਿਸ ਨੂੰ ਸੇਫ ਜਗ੍ਹਾ ਵਿੱਚ ਛੁਪਾਉਂਦਾ ਸੀ। ਨਹੀਂ, ਜੇ ਤੁਸੀਂ ਇਹਨਾਂ ਦਾਵਾ ਕਰੇ ਵਿਕਰਮਜੀਤ ਕਿ ਪੈਸੇ ਲੈ ਕੇ ਸੇਫ ਜਗ੍ਹਾ 'ਤੇ ਟੈਰਰਿਸ ਨੂੰ ਛੁਪਾਉਂਦਾ ਰਿਹਾ, ਇਹਦੇ ਨਾਲ ਕੋਈ ਹੋਰ ਵੀ ਸੀਗਾ? ਇਹਦੇ ਨਾਲ ਦੇਖੋ ਜੀ, ਇਹ ਕਿ ਜਿਹੜਾ ਹੁਣ ਦਾਵਾ ਕੀਤਾ ਗਿਆ ਵਿਕਰਮ, ਜੋ ਸਾਡੇ ਕੋਲ ਰਿਪੋਰਟ ਹੈਗੀਆਂ ਕਿ 12 ਲੱਖ ਰੁਪਏ ਲਿੱਤੇ ਹੈ। ਬਿਲਕੁਲ ਬਿਲਕੁਲ ਪੋਸੀਬਲ ਹੋ ਸਕਦਾ ਹੈ, ਕਿਉਂਕਿ ਦੇਖੋ ਇਹਦੇ ਜਿਹੜੇ ਪੈਸੇ ਨੇ ਇਕੱਠੇ ਕੀਤੇ ਨੇ, ਜਿਹੜੇ ਮਹਿਲ ਖੜੇ ਕਰ ਰਿਹਾ ਡੀ ਐਸ ਪੀ ਕਸ਼ਮੀਰ ਪੁਲਿਸ ਦਾ, ਜਿਹੜੇ ਮਹਿਲ ਇਹਨੇ ਜੰਮੂ 'ਚ ਵੀ ਕਰ ਰਿਹਾ ਇਸ ਬੰਦੇ ਦਾ, ਠੀਕ ਹੈ ਨਾ, ਔਰ ਕਸ਼ਮੀਰ ਵਿੱਚ ਜਿਹੜੀ ਇਹਨੇ ਪ੍ਰਾਈਮ ਪ੍ਰੋਪਰਟੀ ਲਿੱਤੀ ਹੈ ਉੱਥੇ ਮਹਿਲ ਖੜਾ ਕਰ ਰਿਹਾ ਸੀ, ਵਰਚੁਅਲੀ ਇਹ ਪੈਲਸ ਕਿੱਥੋਂ ਆਇਆ ਪੈਸਾ? ਠੀਕ ਹੈ, ਇਸ ਸਵਾਲ 'ਤੇ ਆ ਰਿਹਾ ਪਾਠਕ ਸਾਹਿਬ, ਇਹ ਸਵਾਲ ਦਾ ਜਵਾਬ ਤਾਂ ਚਾਹੀਦਾ ਨਾ, ਡੀ ਐਸ ਪੀ ਦੀ ਤਨਖਾਹ ਕਿੰਨੀ ਹੁੰਦੀ ਹੈ? ਪਾਠਕ ਸਾਹਿਬ ਸਵਾਲ ਸੁਣ ਲਓ ਪਹਿਲਾਂ ਪੂਰਾ, ਡੀ ਐਸ ਪੀ ਦੀ ਇੱਕ ਸੈਲਰੀ ਕਿੰਨੀ ਹੁੰਦੀ ਹੈ? ਡੀ ਐਸ ਪੀ ਦਾ ਜੇ ਪੁਰਾਣਾ ਰਿਕਾਰਡ ਦੇਖਿਆ ਜਾਵੇ, ਇਹਦੇ ਪਰਿਵਾਰ ਵੱਲੋਂ ਇਹਨੂੰ ਕਿੰਨੀ ਮਦਦ ਮਿਲਦੀ ਰਹੀ ਹੈ? ਜੇ ਹੁਣ ਉਹ ਮਹਿਲ ਖੜਾ ਕਰਦਾ ਸੀਗਾ, ਇਹਦਾ ਮਤਲਬ ਕੁਛ ਤਾਂ ਹੈ ਨਾ? ਦੇਖੀਏ, ਮੈਨੂੰ ਉਹ ਨਹੀਂ ਪਤਾ, ਬਟ ਇਤਨਾ ਮੈਂ ਬਤਾ ਦੂੰ, ਦੇਰ ਆਰ ਟੈਰਰਿਸਟ ਜੋ ਗ੍ਰੇਡਿੰਗ ਹੋਤੀ ਹੈ ਕਲਾਸ ਏ ਬੀ ਸੀ, ਅਭੀ ਜੋ ਕਲਾਸ ਏ ਮਿਲੀਟੈਂਟ ਪਕੜਾ ਜਾਤਾ ਹੈ, ਮਾਰਾ ਜਾਤਾ ਹੈ, ਦੇਰ ਇਜ਼ ਐਨ ਅਵਾਰਡ ਆਫ 5 ਲੱਖ, 10 ਲੱਖ, 15 ਲੱਖ, ਵਿਚ ਇਜ਼ ਡਿਸਟ੍ਰੀਬਿਊਟਡ ਵਿਦ ਦ ਟੀਮ, ਐਂਡ ਹੀ ਹੈਜ਼ ਬੀਨ ਇਨ ਐਸ ਟੀ ਐਫ ਸਿੰਸ 92-93, ਠੀਕ ਹੈ, ਸਪੈਸ਼ਲ ਆਪਰੇਸ਼ਨ ਗਰੁੱਪ ਮੈਂ ਅਭੀ ਥੋੜ੍ਹੇ ਸਾਲ ਪਹਿਲੇ ਚੇਂਜ ਹੁਆ ਥਾ, ਔਰ ਇਤਨੀ ਕਿਲਿੰਗਸ ਮੈਂ ਇਨਵੋਲਵਡ ਹੈ ਜਹਾਂ ਕਿ ਸਭ ਕੋ ਪੈਸੇ ਮਿਲਤੇ ਹੈ, ਜਿਸ ਕੀ ਖਬਰ ਹੈ, ਜੋ ਆਪਰੇਸ਼ਨ ਕਰਤੇ ਹੈ, ਐਂਡ ਜੋ ਲੋਐਸਟ, ਤੁਹਾਨੂੰ ਇਹ ਲੱਗਦਾ ਕਿ ਇਹਨੇ ਆਪਦੀ ਨੌਕਰੀ ਦੇ ਦੌਰਾਨ ਇੰਨੇ ਕੁ ਇਨਕਾਊਂਟਰ ਕੀਤੇ ਆ ਜਾਂ ਇੰਨੇ ਕੁ ਟੈਰਰਿਸਟ ਮਾਰੇ ਆ ਜਿਹਦੇ ਕਰਕੇ ਇਹਨੂੰ ਅਵਾਰਡ ਇੰਨੇ ਕੁ ਮਿਲ ਗਏ, ਇੰਨੇ ਕੁ ਪੈਸੇ ਮਿਲ ਗਏ ਜਿਹਦੇ ਨਾਲ ਮਹਿਲ ਬਣਾਉਣ ਜੋਗਾ ਹੋ ਗਿਆ? ਦੇਖੋ, ਮਹਿਲ ਕਾ ਕਿਸੇ ਦੇਖਾ, ਜੈਸਾ ਵੀ ਇਹਨੇ ਜੋ ਸਪੀਕਰ ਨੇ ਬਤਾਇਆ ਕਿ ਉਹਨੇ ਬਦਾਮੀ ਬਾਗ, ਪਹਿਲੀ ਬਾਤ ਤਾਂ ਉਸਕਾ ਜੋ ਘਰ ਲਿਆ ਹੋਇਆ ਹੈ, ਘਰ ਲਿਆ ਨਹੀਂ ਹੈ, ਇਟ ਇਜ਼ ਅਲੋਟਿਡ, ਉਹ ਪੰਡਿਤ ਕਾ ਘਰ ਹੈ ਇੰਦਰਾ ਨਗਰ ਵਿਚ ਇਜ਼ ਨੀਅਰ ਸ਼ਿਵਪੁਰਾ, ਉਹ ਘਰ ਜੋ ਪੰਡਿਤ ਲੋਕ ਖਾਲੀ ਕਰਕੇ ਗਏ ਥੇ, ਲੋਕੋ ਕੋ ਗਵਰਨਮੈਂਟ ਨੇ ਅਲੋਟ ਕਰ ਦੀਏ ਹੈਂ, ਬਾਕੀ ਮੁਝੇ ਨਹੀਂ ਪਤਾ ਜੰਮੂ ਅਮੂ ਕਾ, ਸੋ ਆਈ ਵੋਂਟ ਕਮੈਂਟ। ਔਰ ਜੋ ਪੈਸੇ ਕਾ ਵੀ ਹੈ, ਲੈਟ ਦ ਪੁਲਿਸ ਇਨਵੈਸਟੀਗੇਟ, ਮੈਂ ਤਾਂ ਸਿਰਫ ਬਤਾ ਰਹਾ ਹੂੰ ਕਿ ਜੋ ਬੰਦਾ 92 ਸੇ ਐਸ ਓ ਜੀ ਮੈਂ ਕਾਮ ਕੀਆ ਹੈ, ਕਿਤਨੇ ਮਿਲੀਟੈਂਟ, ਤੁਹਾਨੂੰ ਇਹ ਬੰਦਾ ਕਰਪਟ ਨਹੀਂ ਲੱਗਦਾ? ਨਹੀਂ, ਮੈਂ ਕਿਸੇ ਬੋਲ ਸਕਤਾ ਹੂੰ ਜਬ ਤੱਕ, ਲੈਟ ਦਮ ਫਾਈਂਡ ਆਊਟ, ਬਟ ਮੈਂ ਸਿਰਫ ਬਤਾ ਰਹਾ ਹੂੰ ਇੱਕ ਤਰੀਕਾ ਪੈਸੇ ਕਾ ਯੇ ਵੀ ਥਾ ਕਿ ਜੋ ਮਿਲੀਟੈਂਟ ਆਪ ਮਾਰਤੇ ਹੋ ਆਪਕੋ ਪੈਸੇ ਮਿਲਤੇ ਹੈ, ਯੂ ਗੈਟ ਅਵਾਰਡ, ਮੇਰੇ ਕੋ ਵੀ ਮਿਲੇ ਹੈ, ਗਵਰਨਮੈਂਟ ਦੇਤੀ ਹੈ ਪੈਸੇ, ਠੀਕ ਹੈ ਨਾ, ਅਬ ਕੱਲ ਅਗਰ ਮੈਂ ਉਹ ਪੈਸੇ ਬਚਾ ਕੇ ਆਪ ਇਨਵੈਸਟਿਡ ਇਟ, ਕੱਲ ਪੀਪਲ ਵਿਲ ਸੇ ਕਿ ਇਸ ਨੇ ਇਤਨਾ ਬੜਾ ਘਰ ਖੜਾ, ਇਜ਼ ਕਰਪਟ, ਇਟ ਇਜ਼ ਅ ਲੀਗਲ ਮਨੀ ਵਿਚ ਇਜ਼ ਆਈ ਹੈਵ ਗਾਟ, ਠੀਕ ਹੈ ਨਾ, ਤੋ ਇਸਮੇ ਔਰ ਬਹੁਤ ਇਨ ਲੋਕ ਨੇ ਪੈਸੇ ਗਵਰਨਮੈਂਟ ਦੇਤੀ ਹੈ, ਮਤਲਬ ਪਹਿਲੀ ਬਾਤ ਤੋਂ ਆਪਕੋ ਪਹਿਲੇ ਇਹ ਪਤਾ ਹੋਣਾ ਚਾਹੀਏ ਨਾ ਕਿ ਪੈਸੇ ਕੈਸੇ ਮਿਲ ਰਹੇ ਹੈਂ, ਕਰਪਟ ਵੀ ਹੋ ਸਕਤਾ ਹੈ, ਆਈ ਕਾਂਟ, ਹਾਊ ਡੂ ਆਈ ਨੋ ਕਿ ਇਜ਼ ਨੋਟ ਕਰਪਟ। ਚਲੋ ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ, ਬ੍ਰੇਕ ਤੋਂ ਵਾਪਸ ਆ ਕੇ ਸਵਾਲ ਇਹ ਪੁੱਛਣਾ ਲਾਜ਼ਮੀ ਹੋਵੇਗਾ ਕਿ ਦੇਸ਼ ਨੂੰ ਖਾਕੀ ਖਾਦੀ 'ਚੋਂ ਕੌਣ ਮਹਿਫੂਜ਼ ਰੱਖ ਸਕਦਾ ਹੈ, ਕਿਉਂਕਿ ਸਵਾਲ ਵਰਦੀ 'ਤੇ ਉੱਠਿਆ, ਅਤੇ ਜਦੋਂ ਸਵਾਲ ਵਰਦੀ 'ਤੇ ਉੱਠਦੇ ਆ ਫਿਰ ਸਵਾਲ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੁੰਦਾ, ਅਤੇ ਜਦੋਂ ਦੇਸ਼ ਦੀ ਸੁਰੱਖਿਆ ਨਾਲ ਮੁੱਦਾ ਜੁੜਿਆ ਹੁੰਦਾ ਤਾਂ ਫਿਰ ਸਿਆਸਤ ਇਸ ਮੁੱਦੇ ਨੂੰ ਸਿੱਧਾ ਪਾਕਿਸਤਾਨ ਤੱਕ ਲੈ ਕੇ ਜਾਂਦੀ ਹੈ। ਬ੍ਰੇਕ ਤੋਂ ਵਾਪਸ ਆ ਕੇ ਇਹ ਫਿਰ ਸਵਾਲ ਹੋਵੇਗਾ। ਚਲੋ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦੇਸ਼ ਦੀ ਸਿਆਸਤ ਡੀ ਐਸ ਪੀ ਦਵਿੰਦਰ ਸਿੰਘ ਦਾ ਕਿਹੜਾ ਕਨੈਕਸ਼ਨ ਲੱਭ ਰਹੀ ਹੈ? ਮਾਂਗੜ ਸਾਹਿਬ, ਸਵਾਲ ਤਾਂ ਹੈਗਾ ਕਿ ਪੁਲਵਾਮਾ ਹਮਲੇ ਨਾਲ ਤੁਸੀਂ ਡੀ ਐਸ ਪੀ ਦਵਿੰਦਰ ਸਿੰਘ ਦਾ ਨਾਮ ਕਿਉਂ ਜੋੜ ਰਹੇ ਹੋ? ਦੇਖੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਸੁਰਜੇਵਾਲਾ ਜੀ ਦੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ, ਉਹਨਾਂ ਨੇ ਪ੍ਰਧਾਨ ਮੰਤਰੀ ਜੀ ਅਤੇ ਗਵਰਨਮੈਂਟ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਪਾਰਲੀਮੈਂਟ ਅਟੈਕ ਤੋਂ ਲੈ ਕੇ ਪੁਲਵਾਮਾ ਜਦੋਂ ਤੱਕ ਜਿੱਥੇ ਤੱਕ ਇਹਨਾਂ ਦੀ ਪੋਸਟਿੰਗ ਰਹੀ ਹੈ ਉਹਨੂੰ ਇਨਵੈਸਟੀਗੇਟ ਕੀਤਾ ਜਾਵੇ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਆ ਵੀ ਇਹਨੂੰ ਥੋਰੋਲੀ ਇਨਵੈਸਟੀਗੇਟ। ਬਿਲਕੁਲ, ਦੇਖੋ ਉਹ ਉਹਨਾਂ ਨੇ ਦਵਿੰਦਰ ਸਿੰਘ ਜੀ ਨੇ ਆਪਦੇ ਆਪ ਨੂੰ ਸ਼ੱਕ ਦੇ ਕਟਗਰੇ 'ਚ ਖੜਾ ਕਰ ਲਿਆ। ਪੁਲਵਾਮਾ ਹਮਲੇ ਦੀ ਜਾਂਚ ਸਿੱਧੀ ਮੰਗ ਲਓ ਨਾ, ਉਹ ਤਾਂ ਅਸੀਂ ਮੰਗ ਸੀ, ਤੁਸੀਂ ਆਨੇ ਬਾਨੇ ਕਿਉਂ ਮੰਗ ਰਹੇ ਹੋ? ਦੇਖੋ ਜੀ, ਕੋਈ ਇਹਦੇ 'ਚ ਆਨੇ ਬਾਨੇ ਵਾਲੀ ਗੱਲ ਨਹੀਂ ਹੈਗੀ, ਇਹ ਫੈਕਟਸ ਦੇ ਉੱਤੇ ਆਧਾਰਿਤ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ। ਜੋ ਇਨਵੈਸਟੀਗੇਸ਼ਨ ਆਵੇ ਉਹ ਦੇਸ਼ ਦੇ ਅੱਗੇ ਰੱਖੀ ਜਾਵੇ। ਸਹੀ ਹੋ ਜੂਗੀ ਕਿ ਨਹੀਂ? ਉਹਨਾਂ ਤੇ ਸ਼ੱਕ ਤਾਂ ਨਹੀਂ ਹੈਗਾ ਕਿ ਉਹਨਾਂ ਤੇ ਵੀ ਸ਼ੱਕ? ਦੇਖੋ ਜੀ, ਹੁਣ ਇਨਵੈਸਟੀਗੇਸ਼ਨ ਤੇ ਸ਼ੱਕ ਤਾਂ ਕਰਨਾ ਗਲਤ ਹੋਊਗਾ ਜਦ, ਠੀਕ ਹੈ, ਬਾਕੀ ਇਸ ਗਵਰਨਮੈਂਟ ਕਿੰਨ ਤੋਂ ਚਾਹੁੰਦੇ ਤੁਸੀਂ? ਐਨ ਆਈ ਏ ਠੀਕ ਹੈ ਜਾਂ ਨਹੀਂ? ਮੈਂ ਕਹਿੰਦਾ ਜੀ ਕੋਈ ਵੀ ਗਵਰਨਮੈਂਟ ਕੋਈ ਵੀ ਕੰਪੀਟੈਂਟ ਕੋਈ ਗੱਲ ਨਹੀਂ, ਤਾਂ ਉਹ ਹੁਣ ਜੇ ਕਹਿ ਰਹੇ ਆ ਇਹਨਾਂ ਨੇ ਮੈਨੂਪਲੇਟ ਕਰਨੀ ਹੋਵੇ, ਠੀਕ ਹੈ, ਬਸ ਹਾਂ, ਜੇ ਕਹਿ ਰਹੇ ਆ ਇਹਦਾ, ਦੇਖੋ ਇਹਨਾਂ ਦੀ ਇੰਟੈਂਸ਼ਨ, ਇਹਨਾਂ ਦੀ ਇੰਟੈਂਸ਼ਨ ਪੁਲਵਾਮਾ ਬਲਾਸਟ ਪ੍ਰੋਬ ਜਿਹੜਾ ਫੈਬਰੀ 2019 ਚ ਹੋਇਆ,
is completely without a base because the man was not DSP Pulwama at that time. I think what is the basis? Vikram ji, see, you have assi main ki kya assi kya vi jinna time oh Pulwama kithe vi rahe hage hai koi je blast je koi blast hunda vi ai nahi ho janda Murunda ja ke le aunda ohde layi planning kiti jandi hai te apne aap nu safe rakhan layi banda apni posting kithe hor vi kara sakda kar denda tusi eh kehna cha rahe ho ki Pulwama दे नाल जदों भी किते उस दी तैनाती रही है हो सकता है कि ओदियां कड़ियां ओदे नाल जुड़दियां तुसीं इह कहणा चाहुंदे सुनारे साहब तुसीं इह सवाल दा जवाब दो Pulwama हमले दी जांच कांग्रेस वार-वार डिमांड क्यों करदी पई है तुहाडियां कारवाइयां ते सवाल क्यों उठदे पए वार-वार केपी जी सब तो पहले तो हुण पिछले सैगमेंट तो तुसीं कहा सी कि कर्नल साहब ने कहा कि पॉलिटिशियन जिहड़े ने बयान नहीं देने चाहिए मैं कोई बयान नहीं दिता मैंने अपनी सिक्योरिटी फोर्सेज नू बधाई दी कि उन्होंने इनू अरेस्ट करके सारे तीनों नू अरेस्ट करके बड़े हादसे तो बचा लिया हुण गल है Pulwama दी कांग्रेस दी तो यह फितरत हो गई ने मैं पिछला सवाल पूछा सी कि अधीर रंजन चौधरी की बीजेपी आरएसएस दा है उहदा स्टेटमेंट उत्थे जिहड़ा चलिया कि सिंह या खान दी शुरू हुई थी हुण कांग्रेस दी तो फितरत हो गई है कि हर एक चीज ते वो एविडेंस मांगदे ने प्रज्ञा ठाकुर ते तुहाडा की स्टैंड नहीं प्रज्ञा ठाकुर सारा कोर्ट सब जुडिस हो चुका कोर्ट ते केस चल रहा ने ओनू टेररिस्ट नहीं कह सकते मैं हुण देखिए एक सवाल दा होर जवाब दे अधीर रंजन चौधरी ने ये सवाल आरएसएस ते खड़ा किया आरएसएस इस ते की जवाब देवेगी मैं कहना चाहता आर एस दिग्विजय ने 26/11 विच कहा सी हुण तो अजीत रंजन ने दिग्विजय दी गल कर रहे हैं तुसी पहला सोनिया गांधी कह रहे थे 26/11 तुसी दिग्विजय सिंह आ गया हुण तो उदों भी 26/11 दी गल कर रहे हैं मगर सुन लो इस गल ते रहो एक मिनट इधर ना करो डिबेट खराब हो गई क्यों नहीं सुनेगा 26/11 विच अजीत रंजन तो हुण आया दिग्विजय ने कहा सी कि 26/11 आरएसएस ने कराया है और सारी रिपोर्ट होके आदमी फांसी भी चढ़ गया हुण सुनिए एक कांग्रेस ने बुलाने तो कह रहे ने हुण सोनिया गांधी जो बटाला हाउस अटैक होंदा है और रोंदी है राहुल गांधी जो टुकड़े टुकड़े गैंग उत्थे खड़ा होंदा है उत्थे जांदा है माहौल चंगा होगा कितने अटैच करोगे मोदी साहब मोदी सारी डिबेट है जो भी असीं डिबेट करते हैं सारा कुछ पाकिस्तान से क्यों चला जाता इसलिए क्योंकि हम लोग एक फिक्सेटेड हो गए पाकिस्तान के ऊपर डीएसपी देवेंद्र सिंह पाकिस्तान ने अपॉइंट किया देखिए अभी हाउ कैन यू ब्लेम पाकिस्तान और एनीवन लेट द मेरा पॉइंट वही है कि जितने प्रेजम्पशंस चल रहे हैं ठीक है डिबेट के लिए मेरा पॉइंट है उनका पॉइंट अलग इनका पॉइंट अलग अभी आप देखिए लेटेस्ट व्हाट्सएप में एक एफिडेविट घूम रहा राजदीप देसाई का मुझे नहीं पता सच है या नहीं है सोहराबुद्दीन केस में उसने माफी मांगी है कोई पुलिस वाले से एफिडेविट देके तो पॉइंट इज कि ये स्टेज नहीं आनी चाहिए आप वेट करिए नहीं हो सकता है ना पॉलिटिकल पार्टियों को भी माफी मांगनी पैसा दी पॉलिटिकल पार्टी को इससे लेना क्या देना है डीएसपी का ये पहली बार तो हुआ नहीं मैंने कहा 2006 में भी बंदे पकड़े गए थे 2012 में भी पकड़े गए हैं आप लीव इट टू द पुलिस एंड द सिक्योरिटी एजेंसीज टू डील विद इट व्हाई शुड पॉलिटिशियंस जंप इन वो डीएसपी दी गल नहीं वो धर्म दी गल कर रहे ने पॉलिटिशियन डिफरेंट है पॉलिटिशियन शुड नॉट जंप इन धर्म आप छोड़िएगा अभी जो देखिए दोनों को नहीं करना चाहिए लेट द सिक्योरिटी पीपल जैसे अभी अभी आप देखिए जो एसओजी का आईजी है स्पेशल फोर्सेस का उसका कोई कमेंट नहीं आया अभी तक
आईजी विजय कुमार का जरूर आया है, उससे पहले बोल दिया है। ये सेम इंसिडेंट मैं 2006 का बताता हूँ, सब हो गया, प्रेस कॉन्फ्रेंस हो गया, ब्लेम कर दिया, सबने कर दिया। इट वॉज बेसिकली अ क्लैश बिटवीन 2-3 ऑफिसर्स ऑफ द एजेंसीज, बट एंड में वो बंदों ने कर दिया काम। तो अनुवेंदे विच भी एजेंसी से क्लैश लगता पे? देखिए मैं, मेरे को तो लग सकता है, बिकॉज़ आई हैव देयर आई हैव सीन की, बिकॉज़ मैं, मेरे पास तो इंसिडेंट सामने है। ठीक है विक्रम जी, विक्रम जी, ये जेड़ा शक हैगा इंदे बारे भी सानू गल करनी चाहिए। एक ते एजेंसी से क्लैश भी हो सकता है। केपी जी मैं कश्मीर विच 3 साल रिपोर्टिंग कीती है और मैं अक्सर ये एनकाउंटर कीता है सिचुएशन के कुछ अफसर ने पुलिस विच भी आर्मी विच भी इंटेलिजेंस विच भी जो अपने खास बंदियां नू प्रोटेक्ट करते हैं अंडर द गाइज ऑफ काउंटर इंसरजेंसी ऑपरेशंस, वो करप्ट भी होंगे ने, लोगों नू ब्लैकमेल तंग भी डट के करते हैं। फॉर एग्जाम्पल सम ऑफ द इखवानीज, इन्होंने इन्ना ऑपरेशन किया लोगों का, पर पुलिस ऑफिसर उन्होंने बचाते रहेंगे सारा टाइम, नहीं जी वो तो बड़ा वधिया, उन्होंने उत्थे एक टैररिस्ट मारिया, उत्थे दो टैररिस्ट मारे, और लोगों के इन्होंने रेप भी किए ने, करप्शन इन्नी की ने, दे वर इनवॉल्व इन टिम्बर समगलिंग टू द एक्सटेंट, बट ए अफसर जो भी नाम आता है, बट ही विल नॉट से इट्स एन एलिगेशन ओनली। सो ये मैं कश्मीर की जोड़े असली हालात ने ना, ये ना ही असी खोलिए इन्हों के सामने, तो इन्हों शर्म आ जाएगी, क्योंकि जो ये उत्थे करतूतं करते हैं अंडर द गाइज ऑफ काउंटर इंसरजेंसी, इंडिया शुड जस इंडिया पूरा पता लगेगा ना, तो दे विल हैव नो प्लेस टू हाइड जो ये करते हैं अंडर द गाइज ऑफ काउंटर इंसरजेंसी इन कश्मीर। जेडे जेन्युइन ऑफिसर्स ने, दे डू देयर वर्क क्लीनली। नो कैन यू इमेजिन जूलियो रोबेरो, रोबेरो वॉज वन ऑफ द फाइनेस्ट काउंटर इंसरजेंसी एक्सपर्ट्स, अज रोबेरो तो कि उंगल उठा के रख सकता कि रोबेरो ने दो भी पैसे ज़्यादा बनाए अपने करियर में। इन्हें अफसर ने कश्मीरों आते हैं ट्रक भर के लैके आते हैं समान का, यही हालत है इन्हों का। अभी आई डू नॉट नो वॉट द जेंटलमैन वॉज रेफरिंग टू होम, बट इकवान का हैड इकवानीज नॉट बीन देयर, ठीक है बाद में वॉट एवर ही सेज इज राइट, बट इनिशियली जावेद कोका दे डिड अ गुड जॉब। एंड अभी आप देखिए हाजिन एरिया, बांडीपुर एरिया, पूरा का पूरा एरिया क्लीन था, मिलिटेंट्स भागते थे, यू हैव टू गिव क्रेडिट कि उनने वो किया है। अच्छा दूसरा, जैसे ये करप्शन दे रहे यूनिफॉर्म में, ही इज पेंटेड अ पिक्चर की बहुत ही खराब है। मैं आपको बता दूंगा मीडिया वाले, आई कैन नेम देम बट आई वॉन्ट लाइक टू नेम, ठीक है, कश्मीर में रिपोर्टिंग करके हुरियत से पैसा लेते रहे हैं, दुनिया से पैसा लेते रहे हैं, और कई बार तो जैसे कहीं आ रहा है कोई इवेंट हो रहा है, दे टेक मनी, जम्मू कश्मीर के विच ही करप्शन है। जैसे अभी यूनिफॉर्म पर्सनल्स को किया है, तो आई एम हाईलाइटिंग मीडिया ऑल्सो, इट इज नॉट की दे आर एज क्लीन एज एनी वन एल्स। आई नो पीपल, ठीक है, सर्टन जर्नलिस्ट हु हैव गॉट हाउसेस इन सैनिक फार्म आल्सो। यानी कि तुसी कह रहे हो कि ब्लैक शिप सारे किते हैगे? देखिए परसेंटेज कम है, बट ब्लैक शिप का पर दविंदर वाले केस दे विच मैं तो फिर समझना चाहना इतना पैसा कित्थों आया, तो आप पहले प्रूफ तो करो ना, ये तो सब हियर से चल रहा है। लेट इट, अभी तो इन्वेस्टिगेशन जो कर रहा है दे विल प्रूफ। अभी 12 लाख क्या, मे बी दे फाइंड करोड्स आल्सो, लेट देम फाइंड आउट, ठीक है ना, लेट हिम जस्टिफाई कहां से पैसा आया है, गिव हिम अ चांस। माय ओनली पॉइंट इज डोंट डिक्लेयर हिम अ रोग टिल द टाइम एलिगेशंस आर प्रूव्ड राइट। ठीक ठीक है, करप्शन नाल जे नाम जुड़ता पे हैगा ते करप्शन दे नाल है जड़ा देश की सुरक्षा नाल मामला जुड़ा हुआ हैगा, ते जदो ए सवाल अफसल गुरु की चिट्ठी विच हुंदा है, उस चिट्ठी नू आधार मान के कोई सवाल होना चाहिए जा नहीं, जे सवाल होना चाहिए सी तो उस दियां सरकारां ने इस पूरे मामले की जांच क्यों नहीं की, उदो क्यों सुतियां ने सरकारां, सवाल ये भी होना चाहिए।